ਅੱਜ ਦੀ ਡੇਟ 'ਚ ਕਾਫੀ ਸਾਰੇ ਸਟੂਡੈਂਟਸ ਜਾਂ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ, ਜਾਂ ਤਾਂ ਦਿੱਲੀ ਤੋਂ ਹੀ ਚੜ੍ਹਨ ਨਹੀਂ ਦਿੱਤਾ ਜਾਂਦਾ, ਜਾਂ ਫਿਰ ਕੈਨੇਡਾ ਏਅਰਪੋਰਟ ਪਹੁੰਚ ਕੇ ਉੱਥੋਂ ਵਾਪਿਸ ਭੇਜਿਆ ਜਾ ਰਿਹਾ ਅਤੇ ਵੀਜ਼ਾ ਜਿਹੜੇ ਉਹ ਲੱਗੇ ਲਗਾਏ ਵੀਜ਼ਾ ਜਿਹੜੇ ਆ ਉਹ ਇਨਵੈਲਿਡ ਹੋ ਰਹੇ ਨੇ। ਸੋ ਅੱਜ ਦੀ ਵੀਡੀਓ 'ਚ 3 ਤੋਂ 4 ਅਪਡੇਟਸ ਨੇ ਜੋ ਤੁਹਾਡੇ ਨਾਲ ਗੱਲ ਕਰਾਂਗੇ, ਸਭ ਤੋਂ ਮੇਜਰ ਇਹੀ ਅਪਡੇਟ ਹੈ, ਇਸ ਦੇ ਬਾਰੇ ਵੀ ਗੱਲ ਕਰਾਂਗੇ। ਸੋ ਵੀਡੀਓ ਪੂਰੀ ਦੇਖਿਓ ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਇਹੋ ਜਿਹੇ ਅਪਡੇਟਸ ਮਿਲਦੇ ਰਹਿਣਗੇ। ਸੋ ਸਭ ਤੋਂ ਪਹਿਲਾਂ ਗੱਲ ਕਰਾਂ ਜੀ ਸਟੂਡੈਂਟਸ ਨੂੰ ਲੈ ਕੇ ਜਾਂ ਵਿਜ਼ਟਰ ਵੀਜ਼ਾ ਨੂੰ ਲੈ ਕੇ, ਉਹਨਾਂ ਨੂੰ ਜਿਹੜਾ ਦਿੱਲੀ ਏਅਰਪੋਰਟ ਤੋਂ ਅਗਰ ਚੜ੍ਹ ਜਾਣ ਤਾਂ ਕੈਨੇਡਾ ਏਅਰਪੋਰਟ 'ਤੇ ਪਹੁੰਚ ਕੇ ਵੀ ਅਗਰ ਉਹਨਾਂ ਦੇ ਕੁਐਸਚਨ ਤੁਸੀਂ ਆਨਸਰ ਨਹੀਂ ਕਰ ਪਾਉਂਦੇ ਇਮੀਗ੍ਰੇਸ਼ਨ ਦੇ, ਤਾਂ ਤੁਹਾਨੂੰ ਉੱਥੋਂ ਵੀ ਡਿਪੋਰਟ ਕੀਤਾ ਜਾ ਸਕਦਾ। ਫੇਕ ਡਾਕੂਮੈਂਟਸ ਵਾਲਿਆਂ ਨੂੰ ਮੈਂ ਸਾਈਡ ਕਰ ਦਿੰਦਾ, ਜਿੰਨਾ ਡਾਕੂਮੈਂਟਸ ਫੇਕ ਹੈ ਉਸ ਟੋਪਿਕ 'ਤੇ ਆਪਾਂ ਨਹੀਂ ਗੱਲ ਕਰਦੇ। ਮੈਂ ਜੈਨੂਅਨ ਕੇਸਾਂ ਦੀ ਗੱਲ ਕਰ ਰਿਹਾ, ਜਿਨ੍ਹਾਂ ਦੀ ਕਿਸਮਤ ਖਰਾਬ ਹੈ, ਲੱਗਿਆ ਲਗਾਇਆ ਵੀਜ਼ਾ ਅਤੇ ਕੈਨੇਡਾ ਏਅਰਪੋਰਟ ਤੋਂ ਡਿਪੋਰਟ, ਉਹਦੇ 'ਚ ਮੈਂ ਕਿਸਮਤ ਖਰਾਬ ਘੱਟ ਅਤੇ ਬੇਵਕੂਫੀ ਜ਼ਿਆਦਾ ਕਹੂੰਗਾ। ਸੋ ਬੇਵਕੂਫੀ ਨੂੰ ਆਪਾਂ ਸੋਰਟ ਆਊਟ ਕਰਦੇ ਹਾਂ। ਕਰਨਾ ਕੀ ਹੁੰਦਾ ਐਗਜੈਕਟਲੀ? ਬੇਸਿਕਲੀ ਕੀ ਹੁੰਦਾ, ਜਿਹੜਾ ਬੰਦਾ ਵਿਜ਼ਟਰ ਵੀਜ਼ਾ 'ਤੇ ਜਾ ਰਿਹਾ ਉਹਦੇ ਕੋਲ ਉਹਦੀ ਹੋਟਲ ਬੁਕਿੰਗ ਹੋਵੇ, ਰਿਟਰਨ ਟਿਕਟ ਹੋਵੇ, ਠੀਕ ਹੈ ਜੀ, ਕਿੱਥੇ ਜਾਣਾ, ਕਿੱਥੇ ਰਹਿਣਾ, 2-4-5 ਦਿਨ ਦਾ, 7 ਦਿਨ ਦਾ, ਜੋ ਵੀ ਉਹਦਾ ਸ਼ਡਿਊਲ ਹੈ, ਇਹ ਚੀਜ਼ਾਂ ਉਹਦੇ ਕੋਲ ਅਨਸਰੇਬਲ ਹੋਣ ਕਿ ਯਾਰ ਹਾਂ ਮੈਂ 5 ਦਿਨ ਲਈ ਆਇਆ ਜਾਂ ਮੈਂ 10 ਦਿਨ ਲਈ ਆਇਆ ਅਤੇ ਆਹ ਮੇਰੇ ਹੋਟਲ ਦਾ ਨਾਮ ਹੈ, ਜਾਂ ਵਿਜ਼ਟਰ ਵੀਜ਼ਾ 'ਤੇ ਕੋਈ ਜਾ ਰਿਹਾ ਤੁਹਾਨੂੰ ਪਤਾ ਹੋਵੇ ਕਿ ਯਾਰ ਉਹਨੂੰ ਸਪੋਂਸਰ ਕਿੰਨੇ ਕੀਤਾ ਵਾ, ਉਹਦੀ ਕਜ਼ਨ ਨੇ ਸਪੋਂਸਰ ਕੀਤਾ, ਉਹਦੇ ਹੱਥ 'ਚ ਉਹਦੇ ਡਾਕੂਮੈਂਟਸ ਹੋਣ, ਕੋਸ਼ਿਸ਼ ਕਰਿਆ ਕਰੋ ਵੀ ਕਿ ਯਾਰ ਹਾਰਡ ਕਾਪੀ, ਇੱਕ ਫੋਟੋ ਕਾਪੀ ਜਿਹੜੀ ਆ ਉਹ ਆਪਣੇ ਕੋਲ ਤੁਸੀਂ ਰੱਖ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਇੱਕ ਪਰੂਫ ਹੋ ਜਾਂਦਾ ਕਿ ਯਾਰ ਆਹ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਨੇ। ਦਿੱਲੀ ਏਅਰਪੋਰਟ ਤੋਂ ਵੀ ਚੜ੍ਹ ਜਾਂਦੇ, ਪਰ ਜਦੋਂ ਤੁਸੀਂ ਕੈਨੇਡਾ ਏਅਰਪੋਰਟ ਪਹੁੰਚਦੇ ਹੋ ਉੱਥੇ ਤੁਹਾਡੇ ਯਾਰ ਤੁਸੀਂ ਇੱਕ ਦੇਸ਼ 'ਚੋਂ ਦੂਸਰੇ ਦੇਸ਼ ਐਂਟਰ ਕਰ ਰਹੇ ਹੋ, ਠੀਕ ਹੈ, ਜਿਸ ਤੋਂ ਤੁਹਾਡਾ ਬੇਸਿਕ ਰਿਕਾਰਡ ਤਾਂ ਤੁਹਾਨੂੰ ਬੇਸਿਕ ਨੌਲੇਜ ਤਾਂ ਹੋਵੇ ਕਿ ਹਾਂ ਯਾਰ ਮੈਨੂੰ ਇਸ ਬੰਦੇ ਨੇ ਸੱਦਿਆ, ਮੈਂ ਇਹਦੇ ਕੋਲ 10 ਦਿਨ ਲਈ ਇਹਦੇ ਹੀ ਘਰ ਰਹੂੰਗਾ, ਖਾਣਾ ਪੀਣਾ ਰਹਿਣਾ ਸਹਿਣਾ ਸਭ ਮੇਰੇ ਲਈ ਉਹ ਅਰੇਂਜ ਕਰ ਰਿਹਾ, ਉਹੀ ਮੇਰਾ ਜਿਹੜਾ ਇੱਥੋਂ ਦਾ ਖਰਚਾ ਉਠਾ ਰਿਹਾ ਵਾ। ਇਹ ਬੇਸਿਕ ਜਿਹੀਆਂ ਚੀਜ਼ਾਂ ਤੁਹਾਡੇ ਜਦ ਮਾਇੰਡ 'ਚ ਨਹੀਂ ਹੁੰਦੀਆਂ ਜਾਂ ਤੁਸੀਂ ਇਸ ਚੀਜ਼ ਦਾ ਆਨਸਰ ਨਹੀਂ ਕਰ ਪਾਉਂਦੇਗੇ, ਉੱਥੇ ਹੀ ਇਹ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ। ਅਤੇ ਸਟੂਡੈਂਟਸ ਦੇ ਕੇਸਿਸ 'ਚ ਕੀ ਹੁੰਦਾ ਕਿ ਵੀਜ਼ਾ ਲੱਗਣ ਦੀ ਇੰਨੀ ਕੀ ਖੁਸ਼ੀ ਹੁੰਦੀ ਹੈ, ਜਾਂ ਕਈ ਵਾਰ ਕੀ ਹੁੰਦਾ ਸਟੂਡੈਂਟਸ ਨੇ ਕੰਸਲਟੈਂਟ ਨੂੰ ਆਪਣੇ ਏਜੰਟ ਨੂੰ ਕਿਹਾ ਹੁੰਦਾ ਕਿ ਯਾਰ ਮੈਨੂੰ ਕੈਨੇਡਾ ਪਹੁੰਚਾ ਦੇ, ਕੋਈ ਵੀ ਕੋਰਸ ਲੈ ਦੇ, ਮੈਂ ਪੜ੍ਹਨਾ ਨਹੀਂ, ਬਸ ਮੈਂ ਕੈਨੇਡਾ ਜਾਣਾ, ਇੱਕ ਆਪਣੇ ਈਗੋ ਸੈਟਿਸਫਾਈ ਕਰਨ ਲਈ, ਜਾਂ ਭਾਈ ਜਿਵੇਂ ਆਪਾਂ ਕਹਿ ਦਿੰਦੇ ਕਿ ਯਾਰ ਗਵਾਂਢੀਆਂ ਦਾ ਮੁੰਡਾ ਗਿਆ ਜਾਂ ਮੇਰੇ ਮਾਮੇ ਦਾ ਮੁੰਡਾ ਗਿਆ, ਮੈਂ ਵੀ ਕੈਨੇਡਾ ਜਾਣਾ ਹੀ ਜਾਣਾ, ਕੋਈ ਲੈਣ ਦੇਣ ਨਹੀਂ ਹੈ, ਬਟ ਜਾਣਾ, ਠੀਕ ਹੈ। ਸੋ ਇਹਨਾਂ ਚੀਜ਼ਾਂ 'ਤੇ ਆ ਕੇ ਕੀ ਹੁੰਦਾ ਕਿ ਕਾਲਜ ਉਹਨੇ ਸਿਲੈਕਟ ਕਰ ਲਿਆ, ਏਜੰਟ ਨੇ ਕੋਰਸ ਉਹਨੇ ਲੈਤਾ, ਸਭ ਕੁਝ ਕਰਤਾ, ਤੁਹਾਡਾ ਵੀਜ਼ਾ ਵੀ ਆ ਗਿਆ, ਬਟ ਯਾਰ ਇੱਕ ਬੇਸਿਕ ਜਿਹੀ ਇਨਫੋਰਮੇਸ਼ਨ ਤਾਂ ਰੱਖੋ ਨਾ ਕਿ ਤੁਹਾਡਾ ਕੋਰਸ ਕੀ ਹੈ, ਕਿੰਨੀ ਦੇਰ ਦਾ, ਡੂਰੇਸ਼ਨ ਕੀ ਹੈ, ਕਦ ਤੁਹਾਡੀ ਕਲਾਸਿਸ ਸਟਾਰਟ ਨੇ, ਕਾਲਜ ਕਿਹੜਾ ਵਾ, ਕਿੱਥੇ ਤੁਸੀਂ ਰਹਿਣਾ। ਬੇਸਿਕ ਜਿਹੀ ਇਨਫੋਰਮੇਸ਼ਨ ਤੁਹਾਡੇ ਕੋਲ ਨਹੀਂ ਨਾ ਹੁੰਦੀ ਤਾਂ ਲੱਗਿਆ ਲਗਾਇਆ ਵੀਜ਼ਾ ਵੀ ਮਿੱਟੀ ਹੋ ਜਾਂਦਾ, ਕਿਉਂਕਿ ਜਿਸ ਦਿਨ ਤੁਸੀਂ ਕੈਨੇਡਾ ਏਅਰਪੋਰਟ ਤੋਂ ਵਾਪਸ ਆ ਗਏ ਉਹਨਾਂ ਨੇ ਰਿਕਾਰਡ 'ਚ ਮੈਨਸ਼ਨ ਕਰ ਦੇਣਾ ਕਿ ਤੁਹਾਡਾ ਵੀਜ਼ਾ ਵੀ ਇਨਵੈਲਿਡ ਕਰ ਦੇਣਾ, ਇਹ ਚੀਜ਼ ਮੈਨਸ਼ਨ ਵੀ ਕਰ ਦੇਣੀ ਕਿ ਜੋ ਡਾਕੂਮੈਂਟਸ ਲੱਗੇ ਨੇ ਉਸਦੇ ਅਕੋਰਡਿੰਗ ਜਿਹੜਾ ਬੱਚਾ ਜਾਂ ਜਿਹੜਾ ਇੱਥੇ ਵਿਜ਼ਟਰ ਹੈ ਜਾਂ ਜਿਵੇਂ ਆਪਾਂ ਉਹ ਤੁਸੀਂ ਆਨਸਰ ਨਹੀਂ ਕਰ ਪਾਏ, ਤੁਹਾਡੇ ਡਾਕੂਮੈਂਟਸ ਦੇ ਅਕੋਰਡਿੰਗ ਜਿਹੜੀ ਤੁਹਾਡੀ ਵਰਡਿੰਗ ਹੈ ਜੋ ਤੁਸੀਂ ਬੋਲ ਰਹੇ ਹੋ ਉਹ ਮੈਚ ਨਹੀਂ ਕਰਦਾ, ਜਿਹਦੇ ਕਰਕੇ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ ਅਤੇ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਂਦਾ ਵਾ। ਸੈਕਿੰਡ ਅਪਡੇਟ ਦੀ ਗੱਲ ਕਰੀਏ ਤਾਂ ਜੀ ਉਹ ਹੈਗੀ ਔਫਰ ਲੈਟਰ ਨੂੰ ਲੈ ਕੇ, ਠੀਕ ਹੈ ਜੀ। ਸਟੂਡੈਂਟਸ ਨੇ ਕਾਫੀਆਂ ਨੇ ਜਿਹੜੇ ਔਫਰ ਲੈਟਰ ਅਪਲਾਈ ਕੀਤੇ ਹੋਏ ਨੇ ਉਹਨਾਂ ਨੂੰ ਇਸ ਟਾਈਮ ਟਾਈਮ ਲੱਗ ਰਿਹਾ, ਉਹਦੀ ਇਸ ਚੀਜ਼ ਦੀ ਰਿਐਲਿਟੀ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਅੱਜ ਦੇ ਡੇਟ 'ਚ ਜਿਹੜੇ ਨੇ, ਅਗਰ ਤੁਸੀਂ ਮੇਰੀ ਰੀਸੈਂਟ ਵੀਡੀਓਜ਼ ਦੇਖਿਆ ਤਾਂ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਕਾਲਜਿਸ ਨੂੰ ਬਹੁਤ ਹੀ ਲਿਮਿਟਿਡ ਜਿਹੜੀਆਂ ਸੀਟਸ ਹੈ ਪੂਰੇ ਸਾਲ ਦੀਆਂ ਅਲੋਟ ਕਰ ਦਿੱਤੀਆਂ। ਮੰਨ ਲਓ ਇੱਕ ਕਾਲਜ ਹੈ ਜਿਹਨੂੰ 1000 ਸੀਟ ਅਲੋਟ ਕੀਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ, ਠੀਕ ਹੈ ਜੀ। ਉਹ ਪੂਰੇ ਮਈ ਇਨਟੇਕ 'ਚ ਅਗਰ ਮੰਨ ਲਓ 1000 ਬੱਚਾ ਇਨਵਾਈਟ ਕਰ ਲੈਂਦਾ ਤਾਂ ਗਾਲ ਇਨਟੇਕਸ 'ਚੋਂ ਕੀ ਕਰੇਗਾ। ਸੋ ਇੱਕ ਬਹੁਤ ਹੀ ਲਿਮਿਟਿਡ ਜੀਆਂ ਸੀਟਸ ਉਹਨਾਂ ਨੂੰ ਮਿਲੀਆਂ ਹੋਣ, ਉਹ ਬਹੁਤ ਸੋਚ ਵਿਚਾਰ ਕੇ ਬਹੁਤ ਹੀ ਲਿਮਿਟਿਡ ਜੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਰਕਸ ਅੱਛੇ ਨੇ ਜਾਂ ਕੈਪ ਕ੍ਰਾਈਟੇਰੀਆ ਮੈਚ ਕਰਦਾ, 2-3 ਚੀਜ਼ਾਂ ਜੋ ਉਹਨਾਂ ਦੇ ਪੁਆਇੰਟਸ ਦੇ ਅਕੋਰਡਿੰਗ ਉਹਨਾਂ ਨੂੰ ਲੱਗਦਾ ਮੀਟ ਕਰਦੀਆਂ ਨੇ, ਉਹਨਾਂ ਦੇ ਬੇਸ 'ਤੇ ਹੀ ਉਹਨਾਂ ਨੂੰ ਔਫਰ ਲੈਟਰ ਜਿਹੜੇ ਆ ਉਹ ਇਸ਼ੂ ਕਰ ਰਹੇ ਨੇ। ਸੋ ਇਸ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ, ਬਟ
ਜਲਦੀ ਆਉਣ ਦੇ ਚਾਂਸ ਵੀ ਰਹਿਣਗੇ ਕਿਉਂਕਿ ਸੀਟਸ ਬਹੁਤ ਲਿਮਿਟਿਡ ਨੇ, ਤਾਂ ਉਸ ਕਰਕੇ ਥੋੜ੍ਹਾ ਜਿਹਾ ਕਾਲਜਿਸ ਜਿਹੜੇ ਆ ਜਾਂ ਯੂਨੀਵਰਸਿਟੀ ਜਿਹੜੀਆਂ ਉਹ ਥੋੜ੍ਹਾ ਜਿਹਾ ਸੋਚ ਕੇ ਚੱਲਦੀਆਂ ਪਈਆਂ ਨੇ। ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਜੀ ਉਹ ਹੈਗੀ ਅਟੈਸਟੇਸ਼ਨ ਲੈਟਰ। ਕਾਫੀ ਲੋਕਾਂ ਨੂੰ ਇਸ ਟਾਈਮ ਵੇਟ ਹੈ ਕਿ ਸਾਡੇ ਯਾਰ ਮਈ ਇਨਟੇਕ ਹੈ ਜਾਂ ਸਾਡਾ ਸਪਟੰਬਰ ਇਨਟੇਕ ਹੈ, ਅਟੈਸਟੇਸ਼ਨ ਲੈਟਰ ਹਾਲੇ ਤੱਕ ਨਹੀਂ ਆਏਗੀ ਜਾਂ ਸਾਡਾ ਰਿਜ਼ਲਟ ਕਦੋਂ ਆਏਗਾ। ਇਸ ਚੀਜ਼ 'ਚ ਧਿਆਨ ਰੱਖਣ ਵਾਲੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ, ਉਹਨਾਂ ਨੇ ਅਟੈਸਟੇਸ਼ਨ ਲੈਟਰ ਸਟੂਡੈਂਟਸ ਮੈਂ ਡੀਲ ਨਹੀਂ ਕਰਦਾ, ਇੱਕ ਜਨਰਲ ਇਨਫੋਰਮੇਸ਼ਨ ਹੈ। ਅਗਰ ਤੁਹਾਨੂੰ ਲੱਗਦਾ ਤਾਂ ਤੁਸੀਂ ਆਪਣੇ ਐਂਡ 'ਚ ਵੀ ਕ੍ਰੋਸ ਚੈੱਕ ਕਰ ਸਕਦੇ ਹੋ। ਜੋ ਇਨਫੋਰਮੇਸ਼ਨ ਮੇਰੇ ਕੋਲ ਆਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਅਟੈਸਟੇਸ਼ਨ ਲੈਟਰ ਜਿਹੜੇ ਹੈ ਬ੍ਰਿਟਿਸ਼ ਕੋਲੰਬੀਆ ਨੇ ਇਸ਼ੂ ਕਰਨੇ ਸ਼ੁਰੂ ਕਰ ਦਿੱਤੇ ਨੇ, ਬਾਕੀ ਪ੍ਰੋਵਿੰਸਿਸ ਵੀ ਹੋ ਸਕਦਾ ਮਾਰਚ ਐਂਡ ਜਾਂ ਅਪ੍ਰੈਲ ਦੇ ਫਸਟ ਵੀਕ ਤੱਕ ਇਸ਼ੂ ਕਰਨਾ ਸ਼ੁਰੂ ਕਰ ਦੇਣ, ਅਤੇ ਹੋ ਸਕਦਾ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਮਈ ਇਨਟੇਕ 'ਤੇ ਬੱਚਿਆਂ ਨੇ ਫਾਈਲ ਲਾਈ ਨੇ ਕਿਤੇ ਨਾ ਕਿਤੇ ਅੰਬੈਸੀ ਵੀ ਪ੍ਰਾਇਰਿਟੀ 'ਤੇ ਅਟੈਸਟੇਸ਼ਨ ਤੋਂ ਬਾਅਦ ਸ਼ਾਇਦ ਸਟੂਡੈਂਟਸ ਨੂੰ ਜਿਹੜਾ ਉਹ ਆਪਣਾ ਪ੍ਰਾਇਰਿਟੀ 'ਤੇ ਜਿਹੜਾ ਰਿਜ਼ਲਟਸ ਹੈ, ਖਾਸ ਕਰ ਮਈ ਇਨਟੇਕ ਵਾਲਿਆਂ ਨੂੰ ਪ੍ਰਾਇਰਿਟੀ 'ਤੇ ਅਗਰ ਰਿਜ਼ਲਟਸ ਦੇ ਦੇਣ, PPR ਦੇ ਦੇਣ, ਉਸ ਤੋਂ ਬਾਅਦ ਕੀ ਹੈ ਪ੍ਰਿੰਟਿੰਗ ਹੋਣ ਤੋਂ ਬਾਅਦ, ਤਾਂ ਕਿ ਬੱਚੇ ਟਾਈਮ 'ਤੇ ਪਹੁੰਚ ਕੇ ਆਪਣਾ ਜਿਹੜੀਆਂ ਕਲਾਸਿਸ ਜਲਦੀ ਤੋਂ ਜਲਦੀ ਜਿਹੜੀਆਂ ਸ਼ੁਰੂ ਕਰ ਲੈਣ, ਅਤੇ ਕੋਈ ਵੀ ਕਲਾਸ ਉਹਨਾਂ ਦੀ ਮਿਸ ਨਾ ਹੋਵੇ, ਅਤੇ ਐਜੂਕੇਸ਼ਨ ਜਾਂ ਜੋ ਉਹਨੇ ਸਟੱਡੀ ਦੇ ਵਿੱਚ ਕੋਈ ਵੀ ਨੁਕਸਾਨ ਨਾ ਹੋਵੇ। ਸੋ ਇਸ ਚੀਜ਼ 'ਤੇ ਡਿਪੈਂਡ ਕਰਦਾ ਵੀ ਇਸ ਮੰਥ ਐਂਡ ਤੱਕ ਜਾਂ ਅਪ੍ਰੈਲ ਦੇ ਫਸਟ ਵੀਕ ਤੱਕ ਅਟੈਸਟੇਸ਼ਨ ਸਾਰੇ ਇਸ਼ੂਸ ਸਾਰੀ ਪ੍ਰੋਵਿੰਸ ਇਸ਼ੂ ਕਰ ਦੇਣਗੀਆਂ। ਬਟ ਇੱਕ ਚੀਜ਼ ਦਾ ਧਿਆਨ ਰੱਖੋ, ਜਿਨ੍ਹਾਂ ਨੇ ਓਨਟਾਰੀਓ 'ਚ ਕਾਲਜ ਅਪਲਾਈ ਕੀਤਾ ਉਹਨਾਂ ਨੂੰ ਥੋੜ੍ਹਾ ਜਿਹਾ ਸ਼ਾਇਦ ਵੇਟ ਹੋਰ ਕਰਨਾ ਪੈ ਸਕਦਾ, ਕਿਉਂਕਿ ਸਭ ਤੋਂ ਵੱਧ ਕਾਲਜਿਸ ਜਿਹੜੇ ਆ ਓਨਟਾਰੀਓ 'ਚ, ਸਭ ਤੋਂ ਵੱਧ ਜਿਹੜੀਆਂ ਸੀਟਸ ਆ ਉਹ ਓਨਟਾਰੀਓ ਨੂੰ ਇਸ਼ੂ ਹੋਈਆਂ। ਸੋ ਥੋੜ੍ਹਾ ਜਿਹਾ ਪ੍ਰੋਸੈਸ ਜਾਂ ਫਾਰਮੈਟਸ ਜਾਂ ਜੋ ਇੱਕ ਸਿਸਟਮ ਵਾਈਜ਼ ਕਹਿੰਦੇ ਸਿਸਟਮੈਟਿਕ ਵੇ ਨਾਲ, ਉੱਥੇ ਸ਼ਾਇਦ ਹੋ ਸਕਦਾ ਕਾਲਜਿਸ ਨੂੰ ਥੋੜ੍ਹਾ ਜਿਹਾ ਟਾਈਮ ਲੱਗੇ। ਸੋ ਇਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖਿਓ। ਲਾਸਟ ਅਪਡੇਟ ਦੀ ਗੱਲ ਕਰੀਏ ਤਾਂ ਜੇ ਮਈ ਇਨਟੇਕ ਵਾਲੀ, ਜਿੱਦਾਂ ਕਿ ਮੈਂ ਹੁਣੇ ਥਰਡ ਅਪਡੇਟ ਵਿੱਚ ਹੀ ਗੱਲ ਕੀਤੀ, ਮਈ ਇਨਟੇਕ ਵਾਲਿਆਂ ਲਈ ਹੋ ਸਕਦਾ ਅਟੈਸਟੇਸ਼ਨ ਤੋਂ ਬਾਅਦ ਜਿਹੜੇ ਹੈ ਅੰਬੈਸੀ ਜਿਹੜੀ ਹੈ ਉਹ ਪ੍ਰਾਇਰਿਟੀ 'ਤੇ ਰਿਜ਼ਲਟਸ ਸੋਰੀ ਪ੍ਰਾਇਰਿਟੀ ਦੇ ਜਿਹੜੇ ਸਟੂਡੈਂਟਸ ਨੂੰ ਰਿਜ਼ਲਟਸ ਉਹ ਦੇ ਦੇ। ਸੋ ਇਸ ਚੀਜ਼ 'ਤੇ ਡਿਪੈਂਡ ਕਰਦਾ ਤੁਹਾਡੇ ਅਟੈਸਟੇਸ਼ਨ ਲੈਟਰ 'ਤੇ। ਸੋ ਫੋਰ ਦਾ ਬੈਸਟ ਕਿ ਤੁਹਾਡੇ ਜਲਦੀ ਆ ਜਾਣ, ਬਟ ਥੋੜ੍ਹਾ ਜਿਹਾ ਜਿਹੜੇ ਓਨਟਾਰੀਓ ਵਾਲੇ ਕਾਲਜਿਸ ਹੈ ਉਹ ਮਈ ਇਨਟੇਕ ਲਈ ਥੋੜ੍ਹਾ ਜਿਹਾ, ਮੈਂ ਉਹਨਾਂ ਲਈ ਵੀ ਨਰਵਸ ਹਾਂ ਕਿਉਂਕਿ ਉਹਨਾਂ ਨੇ ਜਿਹੜੀ ਫਾਈਲ ਅਪਲਾਈ ਕੀਤੀ ਹੋਈ ਹੈ ਮਈ ਇਨਟੇਕ ਲਈ, ਦੇਖੋ ਕੀ ਬਣਦਾ ਕਿਉਂਕਿ ਸੀਟਸ ਵੀ ਲਿਮਿਟਿਡ ਨੇ, ਓਨਟਾਰੀਓ 'ਚ ਕਾਲਜਿਸ ਵੀ ਜ਼ਿਆਦਾ ਨੇ, ਅਤੇ ਉਸ ਤੋਂ ਇਲਾਵਾ ਕਿ ਅਟੈਸਟੇਸ਼ਨ ਨੂੰ ਟਾਈਮ ਵੀ ਲੱਗ ਸਕਦਾ। ਸੋ ਮਈ ਇਨਟੇਕ ਵਾਲਿਆਂ ਲਈ ਥੋੜ੍ਹਾ ਜਿਹਾ ਇਸ ਟਾਈਮ ਧਿਆਨ ਦੇਣਾ ਜ਼ਰੂਰੀ ਹੈ। ਹੋ ਸਕਦਾ ਅੰਬੈਸੀ ਆਪਣਾ ਬੈਸਟ ਕਰੇ, ਅਤੇ ਹੋ ਸਕਦਾ ਇਸ ਚੀਜ਼ 'ਤੇ ਵੀ ਕਿ ਜਿਹੜਾ ਮਈ ਇਨਟੇਕ ਲਈ ਆਪਣਾ ਅੰਬੈਸੀ ਪ੍ਰਾਇਰਿਟੀ 'ਤੇ ਰਿਜ਼ਲਟਸ ਖਾਸ ਕਰ ਸਟੂਡੈਂਟਸ ਨੂੰ ਦੇ ਦਿਓ। ਸੋ ਅੱਜ ਦੀ ਵੀਡੀਓ 'ਚ ਬਸ ਆਈ ਛੋਟੀ ਛੋਟੀ ਅਪਡੇਟ ਸੀ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਅੱਜ ਦੀ ਵੀਡੀਓ 'ਚ ਬਸ ਇੰਨਾ ਹੀ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।